1950 ਦਾ ਪਰੋਸਾ ਪਰ ਨਵੇਂ ਟ੍ਰੈਂਡ ਦੇ ਨਾਲ ਅੱਜ ਅਸੀਂ ਤੁਹਾਨੂੰ ਲੈ ਆਏ ਆ ਜੀ ਮਾਡਰਨ ਲਾਈਫਸਟਾਈਲ ਜੁਐਲਰਸ ਦੇ ਵਿੱਚ ਇੰਨੇ ਟਾਈਮ ਦਾ ਜਿਹੜਾ ਪਰੋਸਾ ਸੀ ਅੱਜ ਵੀ ਕਾਮਯਾਬ ਇੱਥੇ ਤੁਹਾਨੂੰ ਮਿਲੇਗਾ ਜੀ ਗੋਲਡ ਸਿਲਵਰ ਐਂਡ ਡਾਇਮੰਡ ਹਰ ਤਰ੍ਹਾਂ ਦੀ ਜੁਐਲਰੀ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ ਪਰੋਸੇ ਦੇ ਨਾਲ ਤੇ ਸ਼ੁੱਧਤਾ ਦੇ ਨਾਲ ਕੀ ਕੁਝ ਖਾਸ ਹੈ ਇਹ ਅੰਦਰ ਚੱਲ ਕੇ ਦੇਖਾਂਗੇ ਪਰ ਇੱਥੇ ਆਉਣ ਵਾਸਤੇ ਐਡਰੈਸ ਨੋਟ ਕਰ ਲਓ ਜੀ ਆਪੋਜ਼ਿਟ ਫਨ ਟਾਈਮ ਆਈਸ ਕ੍ਰੀਮ ਪੋਸਟ ਆਫਿਸ ਬਾਜ਼ਾਰ ਬਠਿੰਡਾ ਕੰਪਰੋਮਾਈਜ਼ ਇਹ ਤਾਂ ਬਿਲਕੁਲ ਨਹੀਂ ਹੋ ਸਕਦਾ ਭਾਵੇਂ ਤੁਸੀਂ ਬੱਚੇ ਨੂੰ ਹੀ ਇੱਥੇ ਕਿਉਂ ਨਾ ਭੇਜ ਦਿਓ ਹੋਲਮਾਰਕ ਤੋਂ ਬਿਨਾਂ ਜੁਐਲਰੀ ਇੱਥੇ ਤੁਹਾਨੂੰ ਬਿਲਕੁਲ ਨਹੀਂ ਦਿੱਤੀ ਜਾਂਦੀ ਜਿੰਨੀ ਵੀ ਜੁਐਲਰੀ ਹੈ ਉਹ ਸਾਰੀ ਸਾਰੀ ਹੋਲਮਾਰਕ ਦੇ ਨਿਸ਼ਾਨ ਦੇ ਨਾਲ ਹੀ ਇੱਥੇ ਤੁਹਾਨੂੰ ਜ਼ਰੂਰ ਮਿਲੇਗੀ ਮੋਸਟਲੀ ਕਸਟਮਰਸ ਦਾ ਕਹਿਣਾ ਹੁੰਦਾ ਹੈ ਕਿ ਉਹ ਜਿਹੜੇ ਸਟੋਰ 'ਤੇ ਜਾਂਦੇ ਅਤੇ ਸ਼ਾਇਦ ਐਂਟੀਕ ਪੀਸ ਜਿਹੜੇ ਲੱਭਣੇ ਔਖੇ ਹੋ ਜਾਂਦੇ ਨੇ ਪਰ ਜੇਕਰ ਤੁਸੀਂ ਇੱਥੇ ਆਉਂਦੇ ਹੋ ਤਾਂ ਇੱਥੇ ਤੁਹਾਨੂੰ ਜਿਹੜੀ ਐਂਟੀਕ ਪੀਸ ਦੀ ਬਹੁਤ ਹੀ ਵੱਡੀ ਰੇਂਜ ਦੇਖਣ ਨੂੰ ਮਿਲੇਗੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਦੇ ਸਾਰੇ ਸੈੱਟ ਜਿਹੜੇ ਨੇ ਐਂਟੀਕ ਪੀਸ ਨੇ ਔਰ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਡਿਜ਼ਾਈਨ ਕੀਤੇ ਗਏ ਨੇ ਜਿਵੇਂ ਕਿ ਅੱਜ ਕੱਲ੍ਹ ਜਿਹੜਾ ਲੋਕਾਂ ਦਾ ਰੁਝਾਨ ਹੈ ਉਹ ਡਾਇਮੰਡ ਵੱਲ ਬਹੁਤ ਜ਼ਿਆਦਾ ਵੱਧ ਰਿਹਾ ਹੈ ਅਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਡਾਇਮੰਡ ਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੀ ਰੇਂਜ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਅਤੇ ਖਾਸ ਗੱਲ ਜਿਹੜੀ ਇਹ ਹੈ ਕਿ ਇਕੱਲਾ ਸੋਨਾ ਹੀ ਨਹੀਂ ਬਲਕਿ ਡਾਇਮੰਡ ਵੀ ਤੁਹਾਨੂੰ ਜਿਹੜਾ ਹੈ ਉਹ ਸਰਟੀਫਾਈਡ ਮਿਲ ਰਿਹਾ ਹੈ ਹੋਲ ਮਾਰਕ ਦੇ ਨਾਲ ਮਿਲ ਰਿਹਾ ਹੈ ਇਹਨਾਂ ਨਾਲ ਅਸੀਂ ਬਚਪਨ ਤੋਂ ਹੀ ਜੁੜੇ ਹੋਏ ਹਾਂ ਈਵਨ ਕਿ ਸਾਡੇ ਜਨਮ ਤੋਂ ਪਹਿਲਾਂ ਵੀ ਪੇਰੈਂਟਸ ਇੱਥੇ ਹੀ ਆਉਂਦੇ ਸੀ ਅੱਛਾ ਜੀ ਹਾਂ ਤਾਂ ਇਹਨਾਂ ਦੀ ਜਿਹੜੀ ਸਰਵਿਸ ਹੈ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਈਵਨ ਕਿ ਹੁਣ ਮੈਰਿਜ ਤੋਂ ਬਾਅਦ ਵੀ ਅਸੀਂ ਇੱਥੇ ਹੀ ਆ ਰਹੇ ਹਾਂ ਹੁਣ ਇੱਕ ਨਜ਼ਰ ਮਾਰਦੇ ਹਾਂ ਆਪਾਂ ਸਿਲਵਰ ਸੈਕਸ਼ਨ ਦੇ ਉੱਤੇ ਲਓ ਜੀ ਹੁਣ ਆਪਾਂ ਆ ਗਏ ਹਾਂ ਸਿਲਵਰ ਸੈਕਸ਼ਨ ਦੇ ਵਿੱਚ ਜਿਵੇਂ ਕਿ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ ਥੋੜ੍ਹਾ ਜਿਹਾ ਮੋਟੀ ਚਾਂਜਲ ਦਾ ਅਤੇ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਬਿਊਟੀਫੁਲੀ ਇਸਨੂੰ ਡਿਜ਼ਾਈਨ ਕੀਤਾ ਗਿਆ ਆ ਔਰ ਕਿੰਨੀਆਂ ਖੂਬਸੂਰਤ ਲੱਗਣਗੀਆਂ ਜਦੋਂ ਇਹ ਪੈਰਾਂ ਦੇ ਵਿੱਚ ਪੈਣਗੀਆਂ ਸੋ ਹੋਰ ਵੀ ਬਹੁਤ ਸਾਰੀਆਂ ਰੇਂਜਸ ਜਿਹੜੀਆਂ ਤੁਹਾਨੂੰ ਚਾਂਦੀ ਦੀਆਂ ਝਾਂਜਰਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੁਸੀਂ ਦੇਖ ਸਕਦੇ ਹੋ ਕਿ ਚਾਂਦੀ ਦੇ ਪਰਸ ਮੈਂ ਤਾਂ ਬਹੁਤ ਘੱਟ ਸਟੋਰਸ ਦੇ ਵਿੱਚ ਇਸਨੂੰ ਦੇਖਿਆ ਆ ਪਰ ਇੱਥੇ ਮੈਨੂੰ ਦੇਖਣ ਨੂੰ ਮਿਲਣੇ ਔਰ ਕਿੰਨੇ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਇਸਨੂੰ ਡਿਜ਼ਾਈਨ ਕੀਤਾ ਗਿਆ ਔਰ ਇਹਦੇ ਵਿੱਚ ਵੀ ਤੁਹਾਨੂੰ ਅਲੱਗ ਜਿਹੜੀਆਂ ਰੇਂਜਸ ਦੇਖਣ ਨੂੰ ਮਿਲਣਗੀਆਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਬਿਊਟੀਫੁਲੀ ਡਿਜ਼ਾਈਨਡ ਨੇ ਜੇ ਗੱਲ ਕਰੀਏ ਹੁਣ ਵਾਚਿਸ ਦੀ ਤੁਸੀਂ ਚਾਹੁੰਦੇ ਹੋ ਇਸ ਨੂੰ ਗੋਲਡ ਦੇ ਵਿੱਚ ਲੈਣਾ ਤੇ ਉਹ ਵੀ ਤੁਹਾਨੂੰ ਇੱਥੇ ਮਿਲ ਜਾਣਗੀਆਂ ਅਗਰ ਸਿਲਵਰ ਦੇ ਵਿੱਚ ਚਾਹੁੰਦੇ ਹੋ ਤੇ ਉਹ ਵੀ ਵਾਚਿਸ ਜਿਹੜੀਆਂ ਨੇ ਤੁਹਾਨੂੰ ਇਸ ਸਟੋਰ ਦੇ ਵਿੱਚ ਮਿਲ ਜਾਣਗੀਆਂ ਪਹਿਲਾਂ ਸਾਹੀ ਚਿੱਠੀ ਕਿਵੇਂ ਭੇਜੀ ਜਾਂਦੀ ਸੀ ਤੇ ਅੱਜ ਕੱਲ ਜਿਹੜੀ ਸਾਹੀ ਚਿੱਠੀ ਦਾ ਰੂਪ ਆ ਉਹ ਇਹ ਹੋ ਚੁੱਕਿਆ ਸੋ ਮਾਡਰਨ ਜ਼ਮਾਨੇ ਦੇ ਨਾਲ ਬਦਲਣਾ ਜ਼ਰੂਰੀ ਵੀ ਹੈ ਤੇ ਉਹੀ ਰੇਂਜ ਜਿਹੜੀ ਉਹੀ ਭਰੋਸਾ ਜਿਹੜਾ ਆ ਮਾਡਰਨ ਲਾਈਫਸਟਾਈਲ ਜੁਐਲਰਸ ਤੁਹਾਨੂੰ ਦੇ ਰਿਹਾ ਹੈ ਬਾਕੀ ਜੁਐਲਰੀ ਦੇਖੀ ਹੈ ਐਵੇਂ ਹੀ ਤੁਹਾਨੂੰ ਰਿੰਗਸ ਦੇ ਵਿੱਚ ਵੀ ਇੱਥੇ ਬਹੁਤ ਸਾਰੀਆਂ ਰੇਂਜਸ ਦੇਖਣ ਨੂੰ ਮਿਲਣਗੀਆਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰੀਆਂ ਜਿਹੜੀਆਂ ਨੇ ਉਹ ਡਾਇਮੰਡ ਰਿੰਗਸ ਨੇ ਔਰ ਡਾਇਮੰਡ ਰਿੰਗਸ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਵਿੱਚ ਵੀ ਤੁਹਾਨੂੰ ਡਿਫਰੈਂਟ ਡਿਫਰੈਂਟ ਜਿਹੜੇ ਸ਼ੇਡਸ ਨੇ ਉਹ ਨਜ਼ਰ ਆਉਣਗੇ ਡਿਜ਼ਾਈਨਸ ਨਜ਼ਰ ਆਉਣਗੇ ਤੁਸੀਂ ਆਪਣੀ ਮਨਪਸੰਦ ਦਾ ਡਿਜ਼ਾਈਨ ਜਿਹੜਾ ਚੂਜ਼ ਕਰ ਸਕਦੇ ਹੋ ਔਰ ਮੈਨੂੰ ਲੱਗਦਾ ਹੈ ਕਿ ਇੰਨੀ ਰੇਂਜ ਜਿਹੜੀ ਹੈ ਉਹ ਮੈਂ ਫਸਟ ਟਾਈਮ ਕਿਸੇ ਸਟੋਰ 'ਤੇ ਦੇਖ ਰਹੀ ਹਾਂ ਔਰ ਇਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਸਰਟੀਫਾਈਡ ਡਾਇਮੰਡਸ ਨੇ ਬਹੁਤ ਵੱਡੀ ਰੇਂਜ ਜਿਹੜੀ ਹੈ ਉਹ ਗੋਲਡ ਬੈਂਗਲਸ ਦੀ ਤੁਹਾਨੂੰ ਨਜ਼ਰ ਆਏਗੀ ਬਾਕੀ ਤੁਸੀਂ ਆਪਣੀ ਚੁਆਇਸ ਦਾ ਵੀ ਅਗਰ ਕੁਝ ਬਣਵਾਉਣਾ ਚਾਹੁੰਦੇ ਹੋ ਤੇ ਉਹ ਵੀ ਬਣਵਾ ਸਕਦੇ ਹੋ ਬਾਕੀ ਜੇਕਰ ਤੁਸੀਂ ਰੂਟੀਨ ਵੇਅਰ ਕੁਝ ਕਰਨਾ ਚਾਹੁੰਦੇ ਹੋ ਤੇ ਉਹਦੇ ਵਾਸਤੇ ਵੀ ਤੁਹਾਨੂੰ ਇੱਕ ਡਿਫਰੈਂਟ ਡਿਫਰੈਂਟ ਰੇਂਜਸ ਦੇਖਣ ਨੂੰ ਮਿਲਣਗੀਆਂ ਜਿਹੜਾ ਤੁਸੀਂ ਡੇਲੀ ਵੇਅਰ ਕਰ ਸਕਦੇ ਹੋ ਆਓ ਜੀ ਹੁਣ ਗੱਲ ਕਰਦੇ ਹਾਂ ਮਾਡਰਨ ਲਾਈਫਸਟਾਈਲ ਜੁਐਲਰਸ ਦੀ ਮੈਨੇਜਮੈਂਟ ਟੀਮ ਦੇ ਨਾਲ ਤੇ ਮੇਰੇ ਨਾਲ ਇਸ ਵੇਲੇ ਮੌਜੂਦ ਨੇ ਸਰਦਾਰ ਸੁਖਦੇਵ ਸਿੰਘ ਜੀ ਤੇ ਮਿਸਟਰ ਬਹਾਦਰ ਜੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਸਰ ਜਦੋਂ ਵੀ ਕੋਈ ਨਵੀਂ ਅਪਡੇਟ ਹੁੰਦੀ ਹੈ ਤੇ ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਐਡ ਹੁੰਦੀਆਂ ਨੇ ਜਿਵੇਂ ਹੁਣ ਤੁਸੀਂ ਮਾਡਰਨ ਲਾਈਫਸਟਾਈਲ ਜੁਐਲਰਸ ਦੇ ਵਿੱਚ ਤੁਸੀਂ ਬਹੁਤ ਕੁਝ ਨਵਾਂ ਜਿਹੜਾ ਅਪਡੇਟ ਕੀਤਾ ਆ ਨਵੇਂ ਸਿਰੇ ਤੋਂ ਇੱਕ ਸ਼ੁਰੂਆਤ ਕੀਤੀ ਹੈ ਤੇ ਇਹਦੇ ਵਿੱਚ ਮੈਂ ਜਾਣਨਾ ਚਾਹੂੰਗੀ ਕਿ ਤੁਸੀਂ ਹੁਣ ਨਵਾਂ ਕੀ ਲੈ ਕੇ ਆਏ ਹੋ ਦੇਖੋ ਜੀ ਸਾਡਾ ਨਵਾਂ ਸੈਟਅਪ ਜ਼ਰੂਰ ਆ ਪਰ ਭਰੋਸਾ ਉਹੀ ਸਾਡਾ 35 ਸਾਲ ਪੁਰਾਣਾ ਹੈ 1992 ਤੋਂ ਮੈਂ ਸ਼ੋਪ 'ਤੇ ਬੈਠਾ ਸੀ ਤਾਂ ਉਦੋਂ ਦਾ ਹੀ ਭਰੋਸਾ ਅਸੀਂ ਕਸਟਮਰਸ ਨੂੰ ਵਧੀਆ ਕੁਆਲਿਟੀ ਵਧੀਆ ਡਿਜ਼ਾਈਨਿੰਗ ਐਂਡ ਬਹੁਤ ਹੀ ਵਧੀਆ ਸਾਡੀ ਕੋਸ਼ਿਸ਼ ਹੁੰਦੀ ਆ ਵੀ ਉਹਨਾਂ ਨੂੰ ਅਸੀਂ ਨਵੀਂ ਤੋਂ ਨਵੀਂ ਕਲੈਕਸ਼ਨ ਲਿਆ ਕੇ ਦਿੰਦੇ ਰਹੀਏ ਸਾਡਾ ਤੁਹਾਨੂੰ ਨਵੇਂ ਸਾਡੇ ਨਿਊ ਮਾਡਰਨ ਲਾਈਫਸਟਾਈਲ ਜੁਐਲਰਸ ਦੇ ਉੱਪਰ
बिल्कुल नवी कलैक्शन है, नवी वरायटी ही देखने मिलेगी, सारा न्यू सैटअप आ, भरोसा उही है 45-35 साल पुराना वाला पुराना। तो जो भी तुम आने हो तो इतने असं तो उम्मीदा से पूरे खरे उतरेंगे जी। शुक्रिया सर, बहुत बहुत धन्यवाद, तुसी जानकारी साडे नाल सांझी कीती है, शुक्रिया जी। सो जेकर तुसी भी इत्थे आना चाहते हो तो अपने मनपसंद ज्वेलरी खरीदना चाहते हो तो जरूर विजिट करो, तो जेकर कोई होर जानकारी चाहिए है तो नीचे लिखे नंबर के उत्ते कॉन्टैक्ट भी कर सकते हो।